ਪੰਜਾਬ 'ਚ ਲੋਕ ਸਭਾ ਚੋਣਾਵਾਂ ਨੂੰ ਲੈ ਕੇ ਜਿੱਥੇ ਵੱਖ ਵੱਖ ਪਾਰਟੀਆਂ 'ਚ ਸਰਗਰਮੀਆਂ ਤੇਜ਼ ਹੋ ਚੁੱਕੀਆਂ ਉੱਥੇ ਹੀ ਹੁਣ ਇਹਨਾਂ ਪਾਰਟੀਆਂ ਦੇ ਵਰਕਰਾਂ ਵਿੱਚ ਆਂਤਰਿਕ ਕਲੇ ਵੀ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਿਆ ਹੈ। ਪਹਿਲਾਂ ਕਾਂਗਰਸ, ਫਿਰ ਉਸ ਤੋਂ ਬਾਅਦ BJP ਅਤੇ ਹੁਣ ਅਕਾਲੀ ਦਲ ਪਾਰਟੀ ਵੀ ਇਸ ਤੋਂ ਵਾਂਝੀ ਨਹੀਂ ਹੈਗੀ। ਦੇਖਿਆ ਜਾਏ ਤਾਂ ਅੱਜ ਦਾ ਇੱਕ ਵੀਡੀਓ ਉਸ ਵੇਲੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਨਜ਼ਰ ਆਇਆ, ਜਦੋਂ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਿਹੜੇ ਮੀਟਿੰਗ ਦੇ ਵਿੱਚ, ਖਾਸ ਕਰਕੇ ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਰਣਜੀਤ ਸਿੰਘ, ਪੂਰਵ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਹੋਰ ਸਮਰਥਕਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਜਿਹੜੀ ਕਹੀ ਸੁਣੀ ਹੋ ਗਈ ਅਤੇ ਇੱਕ ਦੂਜੇ 'ਤੇ ਭੜਕਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਪੂਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਓ ਕੀ ਮੌਕੇ ਦੀ ਤਸਵੀਰਾਂ।